ਮਨ ਅੰਦਰੋਂ ਬਹੁਤ ਭਰਿਆ ਹੋਇਆ, ਕੋਈ ਮੈਂ ਡਰਾਮਾ ਨਹੀਂ ਕਰ ਰਿਹਾ, ਮਨ ਭਰ ਗਿਆ। ਮੈਂ ਬੀਜੇਪੀ ਦਾ ਐਕਸ ਕੌਂਸਲਰ ਹਾਂ ਨਗਰ ਨਿਗਮ ਦਾ, ਮੈਂ ਬੀਜੇਪੀ ਯੁਵਾ ਮੋਰਚੇ ਦਾ ਰੋਪੜ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਰਿਹਾ ਵਾਂ। ਪਲ ਖਾਣ ਨੂੰ ਜਾਖੜ, ਡੰਡੇ ਖਾਣ ਨੂੰ ਪਾਰਟੀ ਵਰਕਰ ਟਕਸਾਲੀ, ਇੰਨੇ ਬੰਦੇ ਨੇ ਕਾਰਜਕਾਰਨੀ ਤੱਕ ਨਹੀਂ ਆਪਣੀ ਕਾਂਗਰਸ ਦੀ ਬਣਾਈ, ਔਰ ਇਹ ਜਿਹੜਾ ਬੀਜੇਪੀ ਦਾ ਜਿਹੜਾ ਪ੍ਰਧਾਨ ਲਗਾਤਾ, ਇਹ ਕੀ ਵਰਕਰਾਂ ਨੂੰ ਸਾਧੇਗਾ? चंडीगढ़ में मौजूद पंजाब भाजपा कार्यालय के बाहर हंगामा देखने को मिला। ये हंगामा बीजेपी कार्यकर्ताओं द्वारा किया गया। बीजेपी कार्यकर्ता ने अपने कपड़े फाड़कर एक विरोध किया। ये विरोध सुनील जाखड़ के प्रधान बनाए जाने के लिए था। कार्यकर्ता ने बताया कि बीजेपी के ही किसी कार्यकर्ता को बनाया जा सकता था, लेकिन ये बाहर से आए हुए व्यक्ति को क्यों प्रधान बना दिया गया? आपको बता दें, बॉबी कंबोज ने अपना विरोध जताते हुए अपने कपड़े फाड़ दिए और कहा कि जिनको भारतीय जनता पार्टी की विचारधारा तक मालूम नहीं है, उनको आज पंजाब की भागदौड़ संभालने के लिए दे दी गई। ये सरासर गलत है। पंजाब में बीजेपी के बहुत से सीनियर नेता हैं जिन्हें ये कमान दी जा सकती थी, लेकिन ये कदम उठाकर बीजेपी ने बहुत गलत किया है। मन अंदरों बहुत भरिया होया, कोई मैं ड्रामा नहीं कर रहा, मन भर गया। ਇਹ ਟਕਸਾਲੀ ਵਰਕਰਾਂ ਦੀ, ਜਿਨ੍ਹਾਂ ਨੇ ਖੂਨ ਪਸੀਨੇ ਨਾਲ ਦੋ ਦੋ ਪੀੜ੍ਹੀਆਂ ਹੋਈਆਂ ਸਾਨੂੰ ਬੀਜੇਪੀ ਨੂੰ ਖੜਾ ਕਰਦਿਆਂ ਨੂੰ ਪੰਜਾਬ 'ਚ। ਇੱਥੇ ਪੰਜਾਬ 'ਚ ਬੀਜੇਪੀ ਦਾ ਨਾਮ ਲੇਵਾ ਨਹੀਂ ਸੀ ਕੋਈ। ਪਹਿਲਾਂ ਜਨ ਸੰਘ ਦੇ ਸਾਡੇ ਬਜ਼ੁਰਗਾਂ ਨੇ ਇਲੈਕਸ਼ਨਾਂ ਲੜੀਆਂ, ਉਹ ਕਿੱਡਾ ਖਤਰਨਾਕ ਮਾਹੌਲ ਸੀ ਉਹਦੇ ਵਿੱਚ, ਪਾਰ ਪਾ ਕੇ ਇੱਕ ਪਾਰਟੀ ਦਾ ਝੰਡਾ ਘਰ ਘਰ ਪਹੁੰਚਾਇਆ ਉਹਨਾਂ ਨੇ, ਆਪਣੇ ਜਾਨ ਮਾਲ ਦਾ ਰਿਸਕ ਲੈ ਕੇ ਆਪਣੇ ਪਰਿਵਾਰ ਨੂੰ ਪਹਿਲ ਨਹੀਂ ਦਿੱਤੀ, ਪਹਿਲ ਪਾਰਟੀ ਨੂੰ ਦਿੱਤੀ, ਨਾ ਆਪਣੇ ਬਿਜ਼ਨਸ ਨੂੰ ਪਹਿਲ ਦਿੱਤੀ, ਪਹਿਲ ਪਾਰਟੀ ਨੂੰ ਦਿੱਤੀ। ਉਸ ਤੋਂ ਬਾਅਦ ਬੀਜੇਪੀ 'ਚ ਸਾਡੇ ਬਜ਼ੁਰਗ ਕੰਮ ਕਰਦੇ ਆ ਰਹੇ ਨੇ, ਉਸ ਤੋਂ ਬਾਅਦ ਅਸੀਂ ਦੂਜੀ ਪੀੜ੍ਹੀ ਅਸੀਂ ਬੀਜੇਪੀ 'ਚ ਕੰਮ ਕਰਦੇ ਆ ਰਹੇ ਹਾਂ। ਅੱਜ ਇਹ ਜਦੋਂ ਇਹਨਾਂ ਨੂੰ ਵਾਈਟ ਲਈ ਜਾਏਗੀ, ਤੁਸੀਂ ਇਹਨਾਂ ਕੋਲ ਵੀ ਵਾਈਟ ਲੈਣ ਜਾਓਗੇ ਹੀ, ਤਾਂ ਇਹ ਕਹਿਣਗੇ ਇਹ ਤਾਂ ਪਾਰਟੀ ਦੇ ਮੈਂਬਰ ਹੀ ਨਹੀਂ ਹੈਗੇ। ਜੇ ਮੈਂਬਰ ਨਹੀਂ ਹੈਗੇ ਤਾਂ ਅਸ਼ਵਨੀ ਸ਼ਰਮਾ ਦੀ ਟੀਮ 'ਚ ਮੈਂ ਸਟੇਟ ਕਾਰਜਕਾਰਨੀ ਮੈਂਬਰ ਹਾਂ, ਮੈਂ ਬੀਜੇਪੀ ਦਾ ਐਕਸ ਕੌਂਸਲਰ ਹਾਂ ਨਗਰ ਨਿਗਮ ਦਾ, ਮੈਂ ਬੀਜੇਪੀ ਯੁਵਾ ਮੋਰਚੇ ਦਾ ਰੋਪੜ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਰਿਹਾ ਵਾਂ। ਮੈਂ ਯੁਵਾ ਮੋਰਚੇ ਦਾ ਜ਼ਿਲ੍ਹੇ ਮੋਹਾਲੀ, ਜਦੋਂ ਨਵਾਂ ਜ਼ਿਲ੍ਹਾ ਮੋਹਾਲੀ ਬਣਿਆ, ਮੈਂ ਯੁਵਾ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਵਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਬੀਜੇਪੀ BC ਮੋਰਚੇ ਦਾ ਪ੍ਰਧਾਨ ਰਿਹਾ ਵਾਂ। ਮੈਂ ਵੱਖ ਵੱਖ ਅਹੁਦਿਆਂ 'ਤੇ ਵੱਖ ਵੱਖ ਤਰੀਕੇ ਨਾਲ ਵਰਕਰ ਦੇ ਤੌਰ 'ਤੇ ਕੰਮ ਕਰਦਾ ਆਇਆ ਪਾਰਟੀ ਦਾ ਝੰਡਾ ਬੁਲੰਦ ਕਰਨ ਵਾਸਤੇ, ਪਰ ਅੱਜ ਜਦੋਂ ਉਹ ਕਹਾਵਤ ਇੱਕ ਹੈਗੀ ਹੈ, ਬੋਲਣੀ ਤਾਂ ਨਹੀਂ ਚਾਹੀਦੀ ਪਰ ਇਸ ਮੌਕੇ 'ਤੇ ਬੋਲਣੀ ਜ਼ਰੂਰੀ ਹੈ, ਡੰਡੇ ਫਲ ਖਾਣ ਨੂੰ ਜਾਖੜ, ਡੰਡੇ ਖਾਣ ਨੂੰ ਪਾਰਟੀ ਵਰਕਰ ਟਕਸਾਲੀ, ਇਹ ਕਿੱਥੋਂ ਦਾ ਇਨਸਾਫ ਹੈ? ਕਿ ਬੀਜੇਪੀ ਹਾਈਕਮਾਂਡ ਨੂੰ ਦਿਖਦਾ ਨਹੀਂ ਹੈ? ਹਾਈਕਮਾਂਡ ਤਾਂ ਕਹਿ ਰਹੀ ਹੈ ਕਿ ਅਸੀਂ ਪੰਜਾਬ 'ਚ ਪੈਰ ਲਾਉਣੇ ਆ, ਹਿੰਦੂ ਵੋਟ ਸਾਡੇ ਨਾਲ ਆਏਗੀ, ਹਿੰਦੂ ਕਾਂਗਰਸੀ ਵੋਟ ਸਾਡੇ ਨਾਲ ਆਏਗੀ ਜਾਖੜ ਨੂੰ ਲਾਣ ਦੇ ਨਾਲ। ਉਹ ਇਸ ਬੰਦੇ ਨੇ ਕਾਂਗਰਸ ਦਾ ਪ੍ਰਧਾਨ ਰਹਿੰਦੇ ਹੋਏ ਤਾਂ ਕੋਈ ਹਿੰਦੂ ਜੋੜਿਆ ਨਹੀਂ, ਇਹ ਸਗੋਂ ਇੱਕ ਵੀ ਮੀਟਿੰਗ ਦਿਖਾ ਦਿਓ, ਇਹਨੇ ਕਾਰਜਕਾਰਨੀ ਤੱਕ ਨਹੀਂ ਬਣਾਈ ਬੰਦੇ ਨੇ, ਇਹਨੇ ਬੰਦੇ ਨੇ ਕਾਰਜਕਾਰਨੀ ਤੱਕ ਨਹੀਂ ਆਪਣੀ ਕਾਂਗਰਸ ਦੀ ਬਣਾਈ, ਔਰ ਇਹ ਜਿਹੜਾ ਬੀਜੇਪੀ ਦਾ
ਜਿਹੜਾ ਪ੍ਰਧਾਨ ਲਗਾਤਾ ਇਹ ਕੀ ਵਰਕਰਾਂ ਨੂੰ ਸਾਧੇਗਾ? ਅਸ਼ਵਨੀ ਦੀ ਪਰਫਾਰਮੈਂਸ ਵਧੀਆ ਸੀ। ਦੇਖੋ ਸਾਡਾ ਜਿਹੜਾ ਵੀ ਟਕਸਾਲੀ ਵਰਕਰ ਬੀਜੇਪੀ ਦਾ ਉਹ ਇੱਕ ਸਾਡੀ ਮਾਂ ਸੰਗਠਨ ਹੈ ਆਰਐਸਐਸ। ਉੱਥੋਂ ਜਿਹੜਾ ਚਰਿੱਤਰ ਨਿਰਮਾਣ, ਸੇਵਾ ਦੀ ਭਾਵਨਾ, ਰਾਜਨੀਤੀ ਅਸੀਂ ਬਿਜ਼ਨਸ ਵਾਸਤੇ ਨਹੀਂ ਕਰਦੇ। ਚਾਹੇ ਅਸ਼ਵਨੀ ਜੀ ਹੋਣ, ਚਾਹੇ ਖੰਨਾ ਜੀ ਹੋਣ, ਚਾਹੇ ਸਾਡੇ ਬ੍ਰਿਜਲਾਲ ਰਿਨਵਾ ਜੀ ਵਰਗੇ ਪ੍ਰਧਾਨ ਹੋਣ, ਉਹਨਾਂ ਨੇ ਅਸੂਲਾਂ ਦੀ ਰਾਜਨੀਤੀ ਕੀਤੀ ਹੈ। ਅੱਜ ਤੱਕ ਅਸੀਂ ਕੋਈ ਬਿਜ਼ਨਸ ਦੇ ਤੌਰ ਤੇ ਰਾਜਨੀਤੀ ਨਹੀਂ ਕੀਤੀ ਹੈਗੀ। ਦੇਖੋ ਅਸ਼ਵਨੀ ਦੀ ਕਾਰਗੁਜ਼ਾਰੀ ਬਾਰੇ ਕੀ ਕਹਿੰਦੇ ਹੋ? ਦੇਖੋ ਐਜ਼ ਏ ਪ੍ਰਧਾਨ ਉਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਰਹੀ ਹੈ। ਹਾਂ, ਦੁੱਖ ਹੁੰਦਾ ਜਦੋਂ ਆਪਣੇ ਵਰਕਰ ਦਾ, ਜਦੋਂ ਇਹੀ ਬੰਦਾ ਕਾਂਗਰਸ ਦਾ ਪ੍ਰਧਾਨ ਸੀ ਔਰ ਇਹਦਾ ਹੀ ਰਹਿਬਰ ਜਿਹੜਾ ਇੱਥੇ ਪੰਜਾਬ ਦਾ ਮੁੱਖ ਮੰਤਰੀ ਸੀ, ਜਿਹੜਾ ਆਪਣੇ ਮਹਿਲ ਚੋਂ ਕਦੀ ਬਾਹਰ ਹੀ ਨਹੀਂ ਨਿਕਲਿਆ ਸੀਗਾ, ਉਹਦੇ ਹੁੰਦੇ, ਉਹਦੀ ਸਰਕਾਰ ਦੇ ਹੁੰਦੇ ਹੋਏ ਸਾਡੇ ਮੌਜੂਦਾ MLA ਦੇ ਨੰਗਾ ਕਰਕੇ ਉਹਨੂੰ ਉੱਥੇ ਜਿਹੜਾ ਉਹਨਾਂ ਨੇ ਮਤਲਬ ਕਿ ਰੂਪ ਦੇ ਤਾ ਕਿਸਾਨੀ ਅੰਦੋਲਨ ਦਾ, ਪਰ ਇਹ ਪ੍ਰੋਜੈਕਟ ਇਸ ਬੰਦੇ ਵੱਲੋਂ ਕੀਤਾ ਗਿਆ ਸੀਗਾ ਤਾਂ ਕਿ ਇਹਨੂੰ ਹਜ਼ਮ ਨਹੀਂ ਹੋ ਰਿਹਾ ਸੀਗਾ ਕਿ ਇੱਕ ਗਰੀਬ ਬੰਦਾ ਇਹਨੂੰ ਹਰਾ ਕੇ MLA ਬਣ ਗਿਆ। ਬਾਬੇ ਜੀ ਤੁਸੀਂ ਗੱਲ ਕਹੀ ਹੈ ਕਿ ਰਹਿਬਰ ਦੀ ਗੱਲ ਕੀਤੀ ਹੈ, ਮਹਿਲਾਂ ਦੀ ਗੱਲ ਕੀਤੀ ਹੈ, ਉਹ ਵੀ ਤਾਂ ਅੱਜ ਪਾਰਟੀ ਦੇ ਵੱਡੇ ਨੇਤਾ ਨੇ, ਔਰ ਤੁਹਾਡੇ ਜਿਹੜੇ ਹਾਈਕਮਾਨ ਹੈ ਉਹ ਵੀ, ਜੇ ਤੁਸੀਂ ਆਰਐਸਐਸ ਦੀ ਗੱਲ ਕਰਦੇ ਹੋ ਜਾਂ ਤੁਸੀਂ ਉਸ ਜਿਸ ਤਰੀਕੇ ਦੇ ਨਾਲ ਇੱਕ ਡਿਵੈਲਪ ਹੁੰਦਾ ਤੇ ਕਾਰਜਕਰਤਾ ਉਹਦੀ ਗੱਲ ਕਰਦੇ ਹੋ ਤੇ ਉਹਦੇ ਵਿੱਚੋਂ ਸਾਰੇ ਦੇ ਸਾਰੇ ਜਿਹੜੇ ਤੁਹਾਡੇ ਹਾਈਕਮਾਨ ਹੈ ਉਹ ਵੀ ਤਾਂ, ਦੇਖੋ ਲੈ ਕੇ ਆਉਣਾ ਵੱਖਰੀ ਗੱਲ ਹੈ, ਪਾਰਟੀ 'ਚ ਆਉਂਦੇ ਰਹਿੰਦੇ ਨੇ, ਲੋਕ ਜਾਂਦੇ ਰਹਿੰਦੇ ਨੇ, ਇਹ ਮਤਲਬ ਨਹੀਂ ਹੈਗਾ ਵੀ ਨਵੇਂ ਨਵੇਂ ਆਓ, ਪਾਰਟੀ ਦੀ ਆਈਡੀਓਲੋਜੀ ਹਜੇ ਉਹਨਾਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਪਾਰਟੀ ਚੱਲਦੀ ਹੈ। ਇਹ ਪਾਰਟੀ ਬਿਜ਼ਨਸਮੈਨਾਂ ਦੀ ਪਾਰਟੀ ਨਹੀਂ ਹੈਗੀ, ਇਹ ਵਰਕਰਾਂ ਦੀ ਪਾਰਟੀ ਹੈ। ਦੇਖੋ ਮੈਂ ਲੈ ਕੇ ਹਾਈਕਮਾਂਡ ਆ ਰਿਹਾ, ਉਸੇ ਦੀ ਤਾਂ ਮੈਂ ਰੋਣਾ ਪਿੱਟ ਰਿਹਾ ਇੱਥੇ। ਮੈਂ ਕਹਿ ਰਿਹਾ, ਮੈਂ ਇਹ ਕਹਿ ਰਿਹਾ, ਆਉਣਾ ਜਾਣਾ ਬਣਿਆ ਹੋਇਆ ਲੋਕਾਂ ਦਾ, ਪਾਰਟੀਆਂ ਇਸੇ ਤਰ੍ਹਾਂ ਹੀ ਚੱਲਦੀਆਂ ਨੇ। ਪਰ ਇਹ ਨਹੀਂ ਹੈਗਾ ਵੀ ਪਾਰਟੀ ਦੇ ਜਿਹੜੇ ਟਕਸਾਲੀ ਵਰਕਰ ਹੈ ਉਹਨਾਂ ਨੂੰ ਦਰਕਨਾਰ ਕਰਕੇ ਤੇ ਇਹੋ ਜਿਹੜੇ ਘਮੰਡੀ ਔਰ ਇਹਨਾਂ ਨੂੰ ਤਾਂ ਦਲਿਤਾਂ ਦਾ ਔਰ ਜਿਹੜੇ ਦਬੇ ਕੁਚਲੇ ਲੋਕ ਦਾ ਮਤਲਬ ਕਿ ਇੱਜ਼ਤ ਕਰਨ ਦਾ ਸਲੀਕਾ ਨਹੀਂ ਹੈਗਾ, ਉਹ ਲੋਕ ਇੱਥੇ ਪਾਰਟੀ ਦੇ ਪ੍ਰਧਾਨ ਬਣ ਗਏ ਨੇ। ਤਾਂ ਆਉਣ ਵਾਲੇ ਦਿਨਾਂ 'ਚ ਦੇਖੋ, ਮੈਂ ਅੱਜ ਜਿਹੜਾ ਆਪਣੇ ਕੱਪੜੇ ਪਾੜ ਕੇ ਪ੍ਰਦਰਸ਼ਨ ਇਸ ਲਈ ਕਰ ਰਿਹਾ ਵਾਂ ਤਾਂ ਕਿ ਅੱਜ ਮੈਂ ਆਪਣੇ ਕੱਪੜੇ ਜ਼ਰੂਰ ਫਟ ਜਾਣਗੇ, ਪਰ ਮੇਰੇ ਜਿਹੜਾ ਟਕਸਾਲੀ ਵਰਕਰ ਹੈ ਉਹਦੇ ਕੱਪੜੇ ਇਹ ਬੰਦਾ ਨਹੀਂ ਪਾੜ ਸਕੇਗਾ। ਉਹ ਮੇਰੀ ਬਸ ਇਹੀ ਹਾਈਕਮਾਂਡ ਤੋਂ ਅਪੀਲ ਹੈ ਕਿ ਇਹ ਬੰਦੇ ਨੂੰ ਅਰੁਣ ਨਾਰੰਗ ਦੇ ਜਿਹੜੀ ਇਹਨੇ ਬੇਇੱਜ਼ਤੀ ਕਰਾਈ ਸੀ ਉਹਦਿਆਂ ਇਹਨੂੰ ਸਰਵਜਨਿਕ ਤੌਰ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ ਔਰ ਪਾਰਟੀ ਹਾਈਕਮਾਂਡ ਨੂੰ ਜਾਂ ਤਾਂ ਇਹਨੂੰ ਬਦਲਣਾ ਚਾਹੀਦਾ ਹੈ ਜਾਂ ਇਹਨੂੰ ਸਾਰੇ ਤੌਰ ਤਰੀਕੇ ਆਪਣੇ ਟਕਸਾਲੀ ਜਿਹੜੇ ਵਰਕਰ ਹੈ ਉਹਨਾਂ ਦੀ ਕਦਰ ਕਰਨ ਦਾ ਇਹਨੂੰ ਸਲੀਕਾ, ਇਹਨੂੰ ਪਾਠ ਪੜ੍ਹਾ ਕੇ ਭੇਜਿਆ ਜਾਵੇ। ਕੀ ਲੱਗਦਾ ਤੁਹਾਨੂੰ, ਕਿਸੇ ਵੀ ਬਾਰੀ ਨੂੰ ਲਾਣਾ ਨਹੀਂ ਚਾਹੀਦਾ ਸੀ, ਕਿਸੇ ਟਕਸਾਲੀ ਨੂੰ ਲਾਣਾ ਚਾਹੀਦਾ ਸੀ ਪ੍ਰਧਾਨ? ਬਿਲਕੁਲ, ਸਾਨੂੰ ਮਾਣ ਹੁੰਦਾ ਹੈ, ਸੁਤੇਲੀ ਮਾਂ ਤਾਂ ਸੁਤੇਲੀ ਹੁੰਦੀ ਹੈ। ਕੌਣ ਕੌਣ ਬਣਦਾ ਇਸ ਤੋਂ ਇਲਾਵਾ ਪ੍ਰਧਾਨ ਬਾਰੇ ਕੀ ਸੋਚਦੇ? ਜਿਹੜਾ ਵੀ ਮਰਜ਼ੀ ਸਾਡੇ ਟਕਸਾਲੀ ਵਰਕਰ ਇੰਨੀ ਦੇਰ ਦੇ ਜਿਹੜੇ ਆਪਣੇ ਪਰਿਵਾਰਾਂ ਨੂੰ, ਬਿਜ਼ਨਸਰਾਂ ਨੂੰ ਦਰਕਨਾਰ ਕਰਕੇ ਆਪਣੀ ਜਵਾਨੀ ਦੇ ਵੇਲੇ ਦੇ ਪਾਰਟੀ ਨਾਲ ਲੱਗੇ ਹੋਏ ਨੇ, ਕਿਸੇ ਨੂੰ ਵੀ ਬਣਾ ਸਕਦੇ ਸੀਗੇ। ਇਸ ਕਦਰ ਤੁਸੀਂ ਆਪਣੇ ਜਜ਼ਬਾਤ ਬਾਹਰ ਲਿਆ ਰਹੇ ਹੋ, ਭਾਵਨਾਵਾਂ ਬਾਹਰ ਲਿਆ ਰਹੇ ਹੋ, ਕੱਪੜੇ ਪਾੜਨ ਦੀ ਗੱਲ ਕਰ ਰਹੇ ਹੋ, ਮੈਨੂੰ ਦੁੱਖ ਹੋ ਰਿਹਾ, ਮੈਂ ਆਪਣਾ ਦੁੱਖ ਜ਼ਾਹਿਰ ਕਰ ਰਿਹਾ। ਜਿਹੜਾ ਢੱਕਣੀ ਚਾਹੀਦੀ ਹੈ, ਦੇਖੋ ਇੱਜ਼ਤ ਜਦੋਂ ਇਹ ਬੰਦਾ ਜਿਹੜਾ ਆ ਗਿਆ, ਜਿਹੜਾ ਇੱਜ਼ਤ ਦਾ ਰੋਲਣ ਵਾਲਾ ਬੰਦਾ ਪਾਰਟੀ ਦਾ ਪ੍ਰਧਾਨ ਬਣ ਚੁੱਕਿਆ, ਉਹ ਉਹਦੇ ਤੋਂ ਕੀ ਉਮੀਦਾਂ ਕਰ ਸਕਦੇ ਹਾਂ ਆਪਾਂ ਕਿ ਉਹ ਜਿਹੜੀ ਆ ਇੱਜ਼ਤ ਬਚ ਸਕਦੀ ਹੈ ਹੁਣ?
ਕਿਸੇ ਵੀ ਵਰਕਰ ਦੀ ਇੱਜ਼ਤ ਨਹੀਂ ਬਸ ਇਹਦੇ ਕੋਲ ਮਹਿਫੂਜ਼ ਹੈਗੀ। ਟਕਸਾਲੀ ਆਪਣੇ ਸੀਨੀਅਰ ਨੇਤਾਵਾਂ ਨਾਲ ਤੁਸੀਂ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ? ਦੇਖੋ ਹਰ ਕੋਈ ਪਾਰਟੀ ਦੀ ਮਰਿਆਦਾ ਦੇ ਵਿੱਚ ਰਹਿ ਕੇ ਚੱਲਦਾ, ਹਰ ਕੋਈ ਆਪਣੇ ਆਪਣੇ ਅਹੁਦਿਆਂ ਦੇ ਨਾਲ ਜੁੜਿਆ ਹੋਇਆ, ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਢੰਗ ਹੈ। ਮੇਰਾ ਢੰਗ, ਮੈਂ ਜਜ਼ਬਾਤ ਆਪਣੇ ਸੰਭਾਲ ਨਹੀਂ ਸਕਿਆ, ਇਸ ਕਰਕੇ ਮੈਂ ਇਹ ਜਿਹੜਾ ਕਦਮ ਚੱਕਣ ਜਾ ਰਿਹਾ ਵਾਂ। ਆਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।